ਗਏ ਬਲਬਲ ਸਾਰੇ ਨੈਣ ਖਿਤਾਬਟ ਹੋ ਗਏ ਹਾਮੀ ਜੀ ਦੀ ਪਰੀਏ ਨਾਰ ਪਦਾਨੀ ਦੀ ਮਾਰਾ ਮੁਰਖਾ ਪਰੀਏ ਨਾਰ ਪਦਾਨੀ ਦੀ ਮਾਰਾ ਮੁਰਖਾ ਪਰੀਏ ਨਾਰ ਪਦਾਨੀ ਦੀ ਦੀਆਂ ਦੀਆਂ ਤੇ ਦਾਨੀਆਂ ਦੀਆਂ ਦੇ ਵਿੱਚ ਬਹੁਤ ਫਰਕ ਸੀਗਾ ਜੀ। ਪਹਿਲਾਂ ਮੰਮਾ ਵਰਗੇ ਦੱਸਦੇ ਸੀਗੇ ਕਿ ਜਿਹੜੀਆਂ ਪਹਿਲਾਂ ਧੀਆਂ ਲੱਗਦੀਆਂ ਸੀਗੀਆਂ ਉਹ ਤ੍ਰਿੰਜਣਾਂ ਦੇ ਵਿੱਚ ਚਰਖੇ ਕੱਟਦੀਆਂ ਸੀ, ਨਵੀਆਂ ਵਿਆਹੀਆਂ ਕੁਆਰੀਆਂ ਕੁੜੀਆਂ ਇਕੱਠੀਆਂ ਹੋ ਕੇ 15-15 ਦਿਨ ਧੀਆਂ ਲਗਾਉਂਦੀਆਂ ਸੀ। ਪਰ ਅੱਜ ਕੱਲ੍ਹ ਦੀਆਂ ਮਾਡਰਨ ਦੀਆਂ ਸਟੇਜੀ ਧੀਆਂ ਬਣ ਗਈਆਂ ਨੇ ਅਤੇ ਉਹ ਸਿਰਫ ਡੀਜਿਆਂ ਦੇ ਉੱਤੇ ਡਾਂਸ ਕਰਕੇ ਇੱਦਾਂ ਮਨਾ ਕੇ ਧੀਆਂ ਚੱਲ ਜਾਂਦੇ ਆ, ਪਰ ਪਹਿਲਾਂ ਧੀਆਂ ਬਹੁਤ ਵਧੀਆ ਮਨਾਈਆਂ ਜਾਂਦੀਆਂ। ਤਿਉਹਾਰ ਇੱਕ ਸਾਲ ਤੋਂ ਬਾਅਦ ਆਉਂਦਾ, ਬੱਚਿਆਂ ਨੂੰ ਸਾਰੀਆਂ ਨੂੰ ਲੇਡੀਜ਼ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਪੇਕਿਆਂ ਨੇ ਵੀ ਆਉਣਾ ਹੁੰਦਾ ਸੁਨਹਿਰਾ ਲੈ ਕੇ, ਨਵੇਂ ਨਵੇਂ ਸੂਟ ਸਵਾ ਕੇ ਤੀਆਂ 'ਚ ਜਾਂਦੇ ਹਾਂ, ਪੀਂਘਾਂ ਝੂਟਦੇ ਹਾਂ ਜੀ, ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਹਾਂ ਜੀ।